ਪਾਕਿਸਤਾਨ ਤੋਂ ਭਾਰਤ ਆਏ ਵਫਦ ਵਿੱਚ ਸ਼ਾਮਿਲ ਪ੍ਰੋਫੈਸਰ ਮੁਹੰਮਦ ਆਜ਼ੀਮ ਅਤੇ ਪ੍ਰੋਫੈਸਰ ਨਦੀਮ ਅਨਵਰ ਦਾ ਅੱਜ ਪਿੰਡ ਪੰਜੋਲੀ ਕਲਾ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਪੰਜੋਲੀ ਨੇ ਕਿਹਾ ਕਿ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਦਿੱਖ ਬਦਲ ਲਈ ਉਸਾਰੀ ਦੀ ਸੇਵਾ ਇੱਥੋਂ ਦੀ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਜਾਏ। ਇੱਕ ਹੋਰ ਅਹਿਮ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਇੱਕ ਸ਼ਮਸ਼ਾਨ ਘਾਟ ਵਿੱਚ 300 ਹਿੰਦੂ ਮ੍ਰਿਤਕ ਵਿਅਕਤੀਆਂ ਦੀਆਂ ਪਈਆਂ ਅਸਥੀਆਂ ਨੂੰ ਭਾਰਤ ਹਵਾਲੇ ਕੀਤਾ ਜਾਏ। ਸਰਦਾਰ ਪੰਜੋਲੀ ਨੇ ਦੋਵਾਂ ਦੇਸ਼ਾਂ ਦੀ ਏਕਤਾ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਮਾਰਕਾਟ ਦੀ ਥਾਂ ਮਸਲੇ ਮੇਜ਼ ਤੇ ਬੈਠ ਕੇ ਹੱਲ ਕੀਤੇ ਜਾਣ। ਇਸ ਮੌਕੇ ਮੁਹੰਮਦ ਆਜ਼ੀਮ ਅਤੇ ਪ੍ਰੋਫੈਸਰ ਨਦੀਮ ਅਨਵਰ ਨੇ ਵਫਦ ਮੈਂਬਰਾਂ ਨੇ ਕਿਹਾ ਕਿ ਕੁਝ ਵੱਡੇ ਮੁਲਕ ਭਾਰਤ ਪਾਕ ਨੂੰ ਇੱਕ ਨਹੀਂ ਹੋਣ ਦੇਣਾ ਚਾਹੁੰਦੇ। ਪੰਜਾਬ ਦੇ ਲੋਕਾਂ ਦਾ ਇੱਕ ਸੁਨੇਹਾ ਅਸੀਂ ਮਤਲਬ ਉੱਥੇ ਦੀ ਗੌਰਮੈਂਟ ਨੂੰ ਦੇਣਾ ਚਾਹੁੰਦੇ ਹਾਂ। ਇੱਕ ਤਾਂ ਇਹ ਕਿ ਗੋਲੀ ਜਿਹੜੀ ਹੈ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਦੋਹੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਜਿਹੜੀਆਂ ਨੇ ਵੀ ਉਹ ਸਰਹੱਦੀ ਮਸਲੇ ਜਿਹੜੇ ਨੇ ਉਹ ਮਤਲਬ ਟੇਬਲ 'ਤੇ ਬੈਠ ਕੇ ਹੱਲ ਕਰਨ ਦਾ ਯਤਨ ਕਰਨਾ ਚਾਹੀਦਾ ਗੱਲਬਾਤ ਰਾਹੀਂ ਕਿ ਬਾਘੇ ਬਾਰਡਰ ਦੇ ਉੱਤੇ ਹੀ ਜਿਹੜੀ ਐਂਟਰੀ ਹੈ ਜਿਹੜੀ ਹੈ ਮਤਲਬ ਉਹ ਕੀਤੀ ਜਾਣੀ ਚਾਹੀਦੀ ਹੈ। ਲੋਕ ਆਪਣਾ ਪਾਸਪੋਰਟ ਲੈ ਕੇ ਜਾਣ, ਜੇ ਕੋਈ ਲਾਹੌਰ ਜਾਣਾ ਚਾਹੁੰਦਾ ਉੱਥੇ ਐਂਟਰੀ ਕੀਤੀ ਜਾਵੇ ਬਾਰਡਰ 'ਤੇ ਅਤੇ ਵੀਜ਼ਾ ਲਾ ਦਿੱਤਾ ਜਾਣਾ ਚਾਹੀਦਾ। ਉਸੇ ਤਰ੍ਹਾਂ ਹਿੰਦੁਸਤਾਨ ਦੇ ਅੰਦਰ ਜੇ ਕੋਈ ਪਾਕਿਸਤਾਨੀ ਆਉਣਾ ਚਾਹੀਦਾ ਚਾਹੁੰਦਾ ਤਾਂ ਜਦ ਮਰਜ਼ੀ ਆਵੇ ਅਤੇ ਐਂਟਰੀ ਜਿਹੜੀ ਆ ਉਹ ਬਾਘੇ ਬਾਰਡਰ 'ਤੇ ਹੋ ਜਾਵੇ। ਇਹ ਅਸੀਂ ਜਾ ਕੇ ਆਪਣੀ ਹਕੂਮਤ ਵੱਲ ਵੀ, ਆਪਣੇ ਅਖਬਾਰਾਤ ਨੂੰ ਵੀ, ਆਪਣੇ ਰਸਾਇਲ ਨੂੰ ਵੀ, ਆਪਣੀ ਸੁਸਾਇਟੀ ਨੂੰ ਵੀ, ਆਪਣੀ ਮੁਆਸ਼ਰਤ ਨੂੰ ਵੀ, ਔਰ ਆਪਣੇ ਜਿੰਨੇ ਬਲਦੀਆਤੀ ਅਦਾਰੇ ਨੇ ਜਾਂ ਸਾਡੀ ਪੰਜਾਬ ਅਸੈਂਬਲੀ ਹੈ ਜਾਂ ਕੌਮੀ ਅਸੈਂਬਲੀ ਹੈ, ਉਹਨਾਂ ਸਾਰਿਆਂ ਦੇ ਅੱਗੇ ਰੱਖਾਂਗੇ ਕਿ ਜਿਹੜੇ ਸਾਡਾ ਇਸ ਤੋਂ ਇਲਾਵਾ ਲਿਆਕਤ ਨਹਿਰੂ ਪੈਕਟ ਵੀ ਹੋਇਆ ਸੀ ਕਿ ਇੱਕ ਦੂਸਰੇ ਦੀਆਂ ਆਬਾਦਗਾਵਾਂ ਦੀ ਇੱਜ਼ਤ ਕੀਤੀ ਜਾਏਗੀ ਔਰ ਉਹਨਾਂ ਨੂੰ ਠੀਕ ਰੱਖਿਆ ਜਾਏਗਾ। ਅਤੇ ਇਹ ਅਸੀਂ ਜਿਹੜੀ ਗੱਲ ਇਹਨਾਂ ਨੇ ਕੀਤੀ ਇਹ ਬਿਲਕੁਲ ਮੈਂ ਇਸ ਚੀਜ਼ ਦਾ ਮੁਤਫਿਕ